ਹੈਲੋ, ਸਤਿ ਸ਼੍ਰੀ ਅਕਾਲ। ਐਜੀ ਕਿਹੜੀ ਚੀਜ਼ ਆ ਜਿਹਨੂੰ ਅਸੀਂ ਖਾ ਵੀ ਸਕਦੇ ਆ, ਪੀ ਵੀ ਸਕਦੇ ਆ, ਅੱਗ ਵੀ ਲਾ ਸਕਦੇ ਆ, ਦੱਸੋ। ਕੜੀ ਮਿੱਤਰਾਂ ਦੀ ਵੈਰੀਆਂ ਦਾ ਸਾਲ ਆ ਗਿਆ, ਹੱਟ ਪਿੱਛੇ ਹੱਟ ਧਾਲੀ ਆਲ ਆ ਗਿਆ। ਹੈਲੋ ਜੀ, ਕੀ ਹਾਲ ਚਾਲ। ਮੈਂ ਤੁਹਾਡਾ ਆਪਣਾ ਹਰਪਾਲ ਧਾਲੀਵਾਲ ਜਲੰਧਰ ਦੇ ਵਿੱਚ ਫਿਰ ਤੋਂ ਇੱਕ ਨਵੇਂ ਵਲੋਗ ਦੇ ਵਿੱਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਅੰਕਲ ਜੀ। ਫਿਲਹਾਲ ਹੁਣ ਜਲੰਧਰ ਤੋਂ ਚੱਲੇ ਹਾਂ, ਸਾਡਾ ਜਿਹੜਾ ਕੰਮ ਸੀ ਉਹ ਹੋਇਆ ਨਹੀਂ, ਫਿਰ ਆਉਣਾ ਪਊਗਾ, ਫਿਰ ਆਵਾਂਗੇ, ਸਭ ਨੂੰ ਮਿਲਾਂਗੇ ਜਿਹੜੇ ਮਿਲਣ ਲਈ ਵੀ ਕਹਿ ਰਹੇ ਸੀ। ਤੇ ਹੁਣ ਸਾਡਾ ਪਲਾਨ ਹੈ, ਆਪਾਂ ਜਾ ਰਹੇ ਹਾਂ ਮਾਛੀਵਾੜਾ, ਫਿਰ ਗੁਰਦੁਆਰੇ ਸਾਹਿਬ ਵੀ ਜਾਵਾਂਗੇ, ਹੋ ਸਕਦਾ ਅੱਜ ਹੀ ਫਤਿਹਗੜ੍ਹ ਸਾਹਿਬ ਵੀ ਜਾਈਏ, ਨਹੀਂ ਤੇ ਕੱਲ੍ਹ ਨੂੰ ਸਵੇਰੇ ਮੱਥਾ ਟੇਕ ਕੇ ਜਾਵਾਂਗੇ। ਤੇ ਦੋ ਚਾਰ ਪਲਾਨ ਨੇ, ਚਲੋ ਚੱਲੀਏ। ਓਲ ਆਰ ਵੇਟਿੰਗ ਫੋਰ ਮੀ। ਭਾਜੀ ਨਹੀਂ ਦਿੰਦੇ ਨੇ ਪੈਸੇ, ਨਾ 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 ਨਾ। ਅਰੇ ਭਾਜੀ ਦੀ ਸ਼ਾਦੀ ਹੋ ਚੁੱਕੀ ਏ, ਹੋ ਗਈ, ਫਿਰ ਹੋ ਗਈ। ਸਾਡਾ ਸਾਡਾ ਜੀਜਾ ਲੱਗਦਾ ਜੀ, ਤੂੰ ਦੁਬਾਰਾ ਵਿਆਹ ਕਰਾ ਦੇ। ਬਾਏ 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 ਬਾਏ। ਭਾਈ ਸਾਹਿਬ ਕਿੱਥੇ ਕਢਾ ਰਹੇ ਹੋ? ਭਾਈ ਸਾਹਿਬ ਭਾਈ ਸਾਹਿਬ ਫੁੱਲ ਕੱਢ ਦੋ, ਜਿੱਥੇ ਕ ਮਰਜ਼ੀ ਢਾਲ ਦੋ, ਪੈਸੇ ਮਤ ਮੰਗਣਾ, ਫੁੱਲ ਤੇ ਵੀ ਡਬਲ ਫੁੱਲ ਕਰ ਦੋ। ਹੈ ਨਾ ਨਾ, ਕੋਈ ਚੱਕਰ ਨਹੀਂ ਆ ਰਿਹਾ। ਭਾਈ ਸਾਹਿਬ ਇਹ ਕਿੱਥੇ ਦੀ ਹੈ? ਡੇਢ ਕਿਲੋ ਲਓ, ਕੋਈ ਕੰਮ ਨਹੀਂ ਛੋੜ ਰਹੇ ਤੁਮ, ਮੈਨੇ ਹਿਸਾਬ ਲਗਾ ਲਿਆ। ਮਿਹਨਤ ਕਰਨੀ ਪੈਂਦੀ ਭਾਈ, ਕਦੀ ਤੁਸੀਂ ਪੰਪ ਤੇ ਲੱਗ ਜਾਂਦੇ ਹੋ, ਕਦੀ ਤੁਸੀਂ ਫਰੂਟਸ ਤੇ ਲੱਗ ਜਾਂਦੇ ਹੋ, ਕੋਈ ਕੰਮ ਛੱਡ ਨਹੀਂ। ਓਏ ਮੂੰਗਫਲੀਆਂ ਤੇ ਲੈ ਲਾ ਲੈ ਲਾ ਲੈ ਲਾ ਲੈ ਲਾ ਲੈ ਲਾ। ਜਿਹੜੀ ਆਈਟਮ ਆ ਯਾਰ, ਬੱਚਿਆਂ ਦੀ ਨਹੀਂ ਗੀ ਵੈਸੇ, ਆ ਤੇ ਪੀਨਟ ਬਟਰ ਬੂਟਰ ਆ, ਆ ਲੈ ਲੈ ਚੋਕਲੇਟਾਂ ਫੜ ਲਾ, ਆ ਫੜ ਲਾ। ਹੁਣ ਆਪਾਂ ਚੱਲੇ ਆ, ਕਿੱਥੇ ਚੱਲੇ ਆ? ਦੀਦੀ ਘਰ ਚੱਲੇ ਆ, ਮਾਛੀਵਾੜਾ। ਮਾਛੀਵਾੜਾ ਦੀਦੀ ਘਰ ਚੱਲੇ ਆ, ਪਹੁੰਚ ਤੇ ਗਏ, ਮਾਛੀਵਾੜਾ ਚੱਲੇ ਨਹੀਂ ਗੇ। ਆਈਟਮ ਵਗੈਰਾ ਲੈ ਲਈ ਬੱਚਿਆਂ ਵਾਸਤੇ? ਬੱਚਿਆਂ ਲਈ ਬਸ ਚੋਕਲੇਟ ਸੈਂਡ ਹੋਰ ਆਈ। ਸਹੀ ਆ, ਇੱਥੇ ਲਿਖਿਆ ਵੀ ਆ ਜਸਟ ਫੋਰ ਯੂ, ਮੇਰੇ ਲਈ। ਯਾਰ ਗੋਲਗੱਪੇ ਖਾਈਏ, ਦੋ ਦੋ ਖਾ ਲਈਏ, ਦੋ ਦੋ ਖਾ ਲਈਏ, ਪਹਿਲਾਂ ਗੋਲਗੱਪੇ ਖਾ ਲਈਏ ਨਾ, ਦੋ ਦੋ, ਫਿਰ ਟੋਕਨ ਲੈ ਲਾਂਗੇ। ਆ ਜਾ। ਅਰੇ ਕਿਦਾਂ ਹੋ, ਮੈਨੂੰ ਕਿਤੇ ਪਛਾਣ ਲਿਆ, ਇਦਾਂ ਕਰਦਾ ਕੀ ਪਤਾ, ਮੈਂ ਨਾਂ ਦੱਸਦਾ। ਮੁੱਛੜ ਚਾਚਾ, ਮੁੱਛੜ ਚਾਚਾ ਤੇਰੀ ਹੈ ਇਹ, ਮੈਂ ਬੇਇੱਜ਼ਤੀ ਸਮਝਾ ਕੀ ਸਮਝਾ? ਕਿਵੇਂ ਆਇਆ? ਕਿਤਨਾ ਆਇਆ? ਕਿਤਨਾ ਆਇਆ? ਮੈਂ ਆਪਣਾ ਇੱਥੇ ਅੱਧਾ ਘੰਟਾ, ਅੱਧੇ ਘੰਟੇ ਤੱਕ ਘਰੇ ਜਾਊਂਗਾ। ਕਿਉਂ, ਕੀ ਕਰਨਾ ਇੱਥੇ? ਕੰਮ ਆਇਆ ਮੈਨੂੰ, ਕੋਈ ਕੰਮ? ਕੀ ਕੰਮ ਆਇਆ? ਕੁਛ ਨਹੀਂ ਯਾਰ, ਮੇਰੇ ਕੋਲ ਬਿਲਕੁਲ ਨਹੀਂ ਤੁਰਿਆ ਜਾਣ ਡਿਆ, ਤੁਸੀਂ ਵੇਖਿਓ ਨਾ ਪਿਛਲੇ ਵਲੋਗ 'ਚ 6 ਵਜੇ ਬਿਲਕੁਲ ਭੁੱਖ ਹੋਇਆ ਪਿਆ ਕੰਮ। ਜਿਹੜੇ ਮਰਜ਼ੀ ਸੂਜੀ ਦੇ ਹੀ ਖਾਵਾਂਗੇ, ਦੋ ਦੋ ਦੋਵੇਂ ਖਾ ਦਿਓ, ਬੜੇ ਸਵਾਦ ਗੋਲਗੱਪੇ ਸੀ ਯਾਰ। ਇੱਥੇ ਮੈਡੀਕਲ ਨਹੀਂ ਹੈਗਾ ਯਾਰ, ਮੈਂ ਸੋਚਣ ਡਿਆ ਮੂਵ ਲੈ ਲੈਂਦਾ। ਉਹ ਹੱਟ ਵੇਖ ਕੇ ਭਾਜੀ ਪਤਾ ਕੀ ਯਾਦ ਆਉਂਦਾ, ਜੇ ਹੱਟ ਪਿੱਛੇ ਹੱਟ ਤਾਂ ਲਿਵਾਲ ਆ ਗਿਆ। ਭਈਆ ਨਿਕਲ ਜਾ ਅੰਦਰ, ਹੁਣ ਵਿਚਾਰਾ ਗੇਟ ਕੀਪਰ ਬਣ ਗਿਆ। ਫਿਰ ਉਹਨਾਂ ਨੂੰ ਕਹਿ ਦਾਂਗੇ, ਨਹੀਂ ਜਾਂਦੀ ਕੋਈ ਰਿੰਗਿੰਗ ਨਹੀਂ ਹੁੰਦੀ। ਆਂਟੀ ਦਾ ਨੰਬਰ ਹੈ? ਕਾਹਦਾ? ਵਿਖਾ ਤਾਂ ਸਹੀ, ਵਿਰਕ ਦਾ ਬੜਾ ਆ ਕੀ ਦਿਨ, ਤੇਰੇ ਨਾਲ ਫੋਟੋ ਹੈ ਯਾਰੀ, ਤੇਰੀ ਫੋਟੋ ਆ, ਤੇਰੀ ਕੀ ਲੱਗਦੀ ਆ ਭੂਆ? ਕੀ ਦੇਖਿਆ? 70 ਸਾਲ ਉਮਰ ਹੈ ਮੇਰੀ, ਕੋਈ ਪੈਸਾ ਪੂਆ ਆਊਗਾ ਮੇਰੇ ਕੋ? ਵਿਆਹ ਕਿੰਨੇ ਹੋਣਗੇ ਮੇਰੇ? ਨਹੀਂ ਨਹੀਂ, ਮੈਨੇ ਮੇਰੇ ਹਰ ਇੱਕ ਪੰਡਿਤ ਨੇ ਮੈਨੂੰ ਆਖਿਆ ਤੇਰੇ ਵਿਆਹ ਦੋ ਹੋਊਗੇ। ਇੱਕ ਹੀ ਆ ਵਿਆਹ? ਦੋ ਲਈ ਕੀ ਕਰਨਾ ਪਊਗਾ? ਵਿਆਹ ਪੁੱਛਿਆ, ਬੱਚੇ ਨੀ ਸਹੇਲੀਆਂ? ਕਿੰਨੀਆਂ? ਪੰਜ-6। ਜਿਹਨੂੰ ਜ਼ਿਆਦਾ ਪਤਾ, ਮੈਨੂੰ ਤੇ ਪਤਾ ਹੀ ਨਹੀਂ ਮੇਰੀ ਸਹੇਲੀਆਂ ਦਾ। ਇਹਦੀ ਕਿਹੜੀ ਚੀਜ਼ ਆ ਜਿਹਨੂੰ ਅਸੀਂ ਖਾ ਵੀ ਸਕਦੇ ਆ, ਪੀ ਵੀ ਸਕਦੇ ਆ, ਅੱਗ ਵੀ ਲਾ ਸਕਦੇ ਆ, ਦੱਸੋ। ਕੋਈ ਹਿੰਟ ਤੇ ਦੇ। ਉਹ ਹਿੰਟ ਕੀ ਹੁੰਦਾ ਬਰੀਣਾ? ਕੋਈ ਕੋਈ ਹਿੰਟ ਕਿ ਮਤਲਬ ਫਰੂਟਸ ਨੇ, ਵੈਜੀਟੇਬਲ ਨੇ, ਮੈਨੂੰ ਨਾਮ ਪਤਾ ਹੋਊਗਾ ਉਹਦਾ, ਤਾਂ ਤੇ ਹੁਣ ਇਦਾਂ ਕਿਵੇਂ ਦੱਸ ਦੇਗਾ ਬੰਦਾ? ਤੈਨੂੰ ਆਪ ਨੂੰ ਹੀ ਨਹੀਂ ਪਤਾ ਫਰੂਟ ਹੈ ਮੇਰੇ ਖਿਆਲ ਵੱਲੋਂ? ਫਰੂਟ ਪੱਕਾ ਫਰੂਟ ਹੈ, ਲੋਕ ਕੀਤਾ ਜਾਏ, ਖਾਂਦੇ ਵੀ ਆ, ਪੀਂਦੇ ਵੀ ਆ, ਅੱਗ ਵੀ ਲਾਉਂਦੇ ਆ। ਯੈਸ, ਜਸਟ ਟੈਲ ਮੀ।
ਕੋਕੋਨਟ ਹੈ ਕਿਆ ਹੀ ਹੁਣ ਮੈਂ ਪਾਸ ਦੇਣਾ ਮੈਂ ਇੰਟੈਲੀਜੈਂਟ ਹਾਂ ਸਹੀ ਸਹੀ ਤਾਂ ਲਾਈਦਾ ਇੱਕ ਵਾਰੀ 'ਚ ਦੱਸਤਾ ਵੇਲਾ ਗਲਤ ਨਹੀਂ ਦੱਸਿਆ ਮੈਂ ਕੋਈ ਨਾ ਭਾਓ ਹੁਣ ਦੂਜੀ ਵਾਰੀ ਮੇਰੇ ਕੋਲ ਦਿੱਤਾ ਨਾ ਗਿਆ ਤਾਂ ਬੇਇੱਜ਼ਤੀ ਕਰਾਏਗੀ ਮੇਰੀ ਕੀ ਬੋਲਾ ਪੈਨਸਲ ਸ਼ਾਦੀ ਕੈਂਸਲ ਇੱਕ ਜਿਹੜੀ ਕਰਾਉਣੀ ਉਹ ਵੀ ਕੈਂਸਲ ਕਰਾਤੀ ਆ ਛੜਾ ਰੱਖੋਗੇ ਮੈਨੂੰ ਛੜਾ ਨਹੀਂ ਮੈਂ ਕਰਾਉਣੇ ਦੋ ਗਿਆ ਦੱਸ ਬੋਲੋ ਨਕਲ ਮੈਂ ਨਹੀਂ ਤੇਰੀ ਕਿਉਂ ਨੀ ਫੋਟੋ ਹੈਗੀ ਤੇਰੇ ਮੰਮੀ ਪਾਪਾ ਦੇ ਵਿਆਹ ਦੀ ਆ ਵੇਲਾ ਫੋਟੋ ਤੈਨੂੰ ਬੁਲਾਏ ਨੀ ਕਹਿੰਦੇ ਆ ਚਾਚਾ ਚਾਚੀ ਥੋੜੀ ਏ ਉਧਰ ਤੇ ਮੈਂ ਕਹਿੰਦੀ ਤੇ ਤੈਨੂੰ ਕਿਉਂ ਨੀ ਬੁਲਾਇਆ ਵਿਆਹ ਤੇ ਅੱਛਾ ਜੰਮੀ ਨੀ ਸੀ ਆ ਟ੍ਰੋਫੀ ਮੇਰੀ ਆ ਸਪੀਰੀਅਰ ਦੀ ਆ ਹੁਣ ਅਸੀਂ ਸੈਕੰਡ ਹਾਰਟ ਚ ਆ ਹਾਂ ਪਰ ਆ ਗਈ ਜੀ ਸਪੀਰੀਅਰ ਦੀ ਆ ਸਕੂਲ ਇਸ ਸਪੀਰੀਅਰ ਤੇ ਸੈਕਰਡ ਹਾਰਟ ਨਹੀਂ ਆ ਸਪੀਰੀਅਰ ਦੀ ਟ੍ਰੋਫੀ ਸੀ ਕਾ ਦੀਆਂ ਟ੍ਰੋਫੀਆਂ ਨੇ ਆ ਕਿਹੜੀ ਚੀਜ਼ ਦੀਆਂ ਮਿਲੀਆਂ ਪਤਾ ਨਹੀਂ ਤੇਰੀ ਟ੍ਰੋਫੀ ਹੈ ਤੈਨੂੰ ਪਤਾ ਨਹੀਂ ਤੈਨੂੰ ਕਾਦੀ ਦੇਤੀ ਉਹਨਾਂ ਨੇ ਸਿਸਟਰ ਨੇ ਦਿੱਤੀ ਹੈ ਪ੍ਰਿੰਸੀਪਲ ਨੇ ਫਸਟ ਪ੍ਰਾਈਜ਼ ਕਿਹੜੀ ਚੀਜ਼ ਆ ਇਹ ਫਸਟ ਪ੍ਰਾਈਜ਼ ਥੰਬ ਪੇਂਟਿੰਗ ਚ ਪਹਿਲਾਂ ਮੈਂ ਬਾਕਸ ਬਣਾਤਾ ਮੈਂ ਮੇਰੇ ਲਾਈਨਸ ਖਿੱਚਦੀਆਂ ਫਿਰ ਮੈਂ ਥੰਬ ਨਾਲ ਕਿਉਂਕਿ ਹੱਟ ਪਿੱਛੇ ਹੱਟ ਤਾਲੀਵਾਲ ਆ ਗਿਆ ਵੀਰ ਦੇ ਨਾਲ ਦਾ ਕਿੰਨੇ ਦਾ ਆ ਪੰਜ ਦਾ ਵੀਰ ਨੇ ਉਦੋਂ ਲੱਤਾ ਤੇ ਮੈਂ ਨਾਲ ਹੀ ਮੈਂ ਵੀ ਕਰਦਾ ਰੌਲਾ ਪਾਤਾ ਚਾਚੂ ਨੇ ਚੰਡੀਗੜ੍ਹੋਂ ਫਿਰ ਲੱਤਾ ਨਹੀਂ ਬੈਟ ਵਧੀਆ ਵਾ ਹੁਣ ਬਾਬੂ ਜੀ ਮੇਰਾ ਬੈਗ ਕੱਢਣ ਆਇਆ ਨਾ ਸਾਡੇ ਬੈਟ ਬੋਲ ਨੂੰ ਉੱਥੇ ਸਵੇਰੇ ਇੱਕ ਮੇਰੇ ਕੋ ਸਪਾਟਨ ਦਾ ਵਾ ਸਪਾਟਨ ਦਾ ਤੇ ਵਧੀਆ ਹੁੰਦਾ ਵਾ ਕਸ਼ਮੀਰ ਵਿਲੋ ਦਾ ਵੀ ਹੈਗਾ ਨਾ ਕਸ਼ਮੀਰ ਵਿਲੋ ਦਾ ਨਹੀਂ ਹੈਗਾ ਸਾਡੇ ਵਾਰੀ ਕਸ਼ਮੀਰ ਵਿਲੋ ਦਾ ਹੁੰਦਾ ਸੀ ਚੱਪਲਾਂ ਲਾਈ ਲਈ ਹੈ ਨਾ ਹੁਣੇ ਬਦਲੀਏ ਪਾ ਹੀ ਲਈਏ ਯਾਰ ਚੱਪਲ ਛੱਡ ਦੇ ਨਹੀਂ ਯਾਰ ਸੋਜ ਗਿਆ ਪੂਰਾ ਆ ਦੇਖਣਾ ਇਧਰੋਂ ਅਰੇ ਵਾਹ ਇੱਕਦਮ ਪੱਤੀ ਬੰਨੀ ਹੁੰਦੀ ਹੈ ਓਏ ਇਦਾਂ ਨਾ ਫੜ ਆਪਾਂ ਕਮਰੇ ਤੋਂ ਬਾਹਰ ਕਰਨਾ ਚਾਹੀਦਾ ਹੈ ਲਪੇੜ ਦੀ ਹੁਣ ਫਟਾਫਟ ਯੇ ਵੀ ਤਾਂ ਟ੍ਰੈਂਪੋਲੀਨ ਪਾਰਕ ਕਾ ਬਾਹਰ ਬਚਾ ਲਈ ਮੈਂ ਆਪਣੀ ਕਿਹਾ ਮੇਰੀ ਬਾਂਹ 'ਤੇ ਸੱਟ ਵੱਜੀ ਹੈ ਲੇਕਿਨ ਤੁਰਦੇ ਤੁਰਦੇ ਪੈਰ ਨਹੀਂ ਬਚਾ ਪਾਇਆ ਮੈਂ ਮਜ਼ਾ ਆਉਂਦਾ ਨਾ ਬੜਾ ਬੜਾ ਮਜ਼ਾ ਆਉਂਦਾ ਔਰ ਇਹ ਮਜ਼ਾ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ ਹੂੰ ਸਤਿ ਸ਼੍ਰੀ ਅਕਾਲ ਜੀ ਮਤਲਬ ਗੁੱਡ ਨਾਈਟ ਸਵੇਰੇ ਬਹਿੰਦੇ ਹਾਂ ਸਵੇਰੇ ਹੁਣ ਕੀ ਕਰਨਾ ਹੈ ਪਲੈਨ ਸੀਗਾ ਦਿੱਲੀ ਜਾਣ ਦਾ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਨਾਲ ਦੀ ਟੀਮ ਜਿਹੜੀ ਹੈ ਢੇਰੀ ਢਾਗੀ ਹੈ ਰਿਸ਼ਤੇਦਾਰਾਂ ਘਰ ਆ ਕੇ ਯਾਰ ਅੱਜ ਕੱਲ ਮੈਂ 9 ਵਜੇ ਉੱਠਣ ਲੱਗ ਪਿਆ ਤੇ ਹੁਣ ਥੱਲੇ ਚੱਲੀਏ ਚਾਹ ਚੁੱਕੀਏ ਫੇਰ ਘੁੰਮਾਂਗੇ ਫਿਰਾਂਗੇ ਮਾਛੀ ਵੜਾ ਅਸੀਂ ਦੋਵੇਂ ਤਿਆਰ ਹੋ ਗਏ ਹੁਣ ਅਸੀਂ ਜੰਗ ਤੇ ਚੱਲੇ ਹਾਂ ਲੜਨ ਤੇ ਜੰਗ ਆਡੀ ਪਤਾ ਕਰਦੀ ਅਸਨੀ ਪਰੌਂਠਿਆਂ ਦੀ ਮੱਖਣ ਪਰੌਂਠੇ ਆਲੂ ਦੇ ਆਉਣ ਹੀ ਵਾਲੇ ਨੇ ਬਸ
ਥੋੜੀ ਦੇਰ ਦੇ ਵਿੱਚ। ਹਾਂਜੀ, ਤੇ ਪਰਾਂਠੇ ਪਰੂੰਠੇ ਖਾ ਕੇ ਆਪਾਂ ਹੁਣ ਤੁਰ ਪਏ ਆ। ਗੈਰੀ ਕਿੱਥੇ ਲੈ ਕੇ ਚੱਲਾਂ ਫਿਰ ਅੱਜ ਘੁਮਾਉਣ? ਹੀਰਾ। ਹੀਰਾ ਕੀ ਹੈ? ਹੀਰਾ ਆਊਟਲੈਟ ਟਾਈਪ ਹੈ। ਅਸੀਂ ਯਾਰ ਤਿਆਰ ਹੋ ਕੇ ਬੈਠੇ ਪਏ ਆ ਇੱਕ ਡੇਢ ਘੰਟੇ ਦੇ, ਤੇ ਅਸੀਂ ਸਾਰੇ ਗੁਰਦੁਆਰੇ ਸਾਹਿਬ ਮੱਥਾ ਟੇਕ ਕੇ, ਉਹ ਤੁਹਾਨੂੰ ਅਗਲੇ ਵਲੋਗ 'ਚ ਦੇਖਣ ਨੂੰ ਮਿਲੇਗਾ। ਅਤੇ ਸਾਰੇ ਗੁਰਦੁਆਰੇ ਸਾਹਿਬ ਇੱਥੇ ਜਿੰਨੇ ਵੀ ਨੇ ਉਹਨਾਂ ਦੀ ਕੀ ਹਿਸਟਰੀ ਹੈ, ਅਸੀਂ ਸਾਰੇ ਗੁਰਦੁਆਰੇ ਸਾਹਿਬ ਨੂੰ ਮੱਥਾ ਟੇਕ ਕੇ, ਅਤੇ ਹੁਣ ਆਪਾਂ ਹੀਰਾ ਹੀਰਾ ਚੱਲਿਆ ਹੀਰਾ। ਉੱਥੇ ਲਾਈ ਸੀ ਗੱਡੀਆਂ ਹੀ ਪਿਛਲੀ ਵਾਰੀ। ਸਟਾਰਟ ਕਰਦੇ ਹਾਂ ਨਾਈਕੀ ਤੋਂ, ਫਿਰ ਪੂਮਾ, ਐਡੀਡਾਸ, ਆਹ ਤਿੰਨ ਚਾਰ ਤਾਂ ਮੇਨ ਹੈ। ਵਗ ਦੇਖਦੇ ਹਾਂ, ਕੁਛ ਵੀ ਪਸੰਦ ਆ ਜਾਏਗਾ ਲੈ ਲਾਂਗੇ, ਕੁਛ ਵੀ। ਹੈਲੋ, ਸਤਿ ਸ਼੍ਰੀ ਅਕਾਲ। ਵਧੀਆ ਵਧੀਆ, ਤੁਸੀਂ ਸੁਣਾਓ? ਵਧੀਆ ਵਧੀਆ। ਇਹ ਨਾ ਮੈਨੂੰ ਗੱਲ ਤੇ ਦੱਸੀ ਜਾ ਰਹੇ ਸੀ, ਮੈਂ ਕਿਹਾ ਚਲੋ ਗੱਲ ਤੇ ਕਰਨੀ ਹੈ, ਲੇਕਿਨ ਇਹ ਫੋਨ ਕਰੀ ਜਾਣ ਡੇ। ਮੈਂ ਕਿਹਾ ਤੁਸੀਂ ਦੁਖੀ ਕਰੋਗੇ ਐਵੇਂ, ਮੈਂ ਇਹਨਾਂ ਨੂੰ ਮਨਾ ਵੀ ਕਰਾਂ, ਲੇਕਿਨ ਇਹ ਗੱਲ ਵੀ ਕਰਨੀ ਸੀ। ਵਧੀਆ ਵਧੀਆ, ਸਾਰੇ ਵਧੀਆ। ਅੱਜ ਤੇ ਪੁੱਛਣਾ ਚਾਹੀਦੇ ਹਾਲ ਚਾਲ ਸਾਰਿਆਂ ਦੇ, ਠੀਕ ਹੈ ਕਿ ਨਹੀਂ? ਸਤਿ ਸ਼੍ਰੀ ਅਕਾਲ ਸਰ। ਓਕੇ, ਕੀ ਹਾਲ ਚਾਲ ਆ? ਬਹੁਤ ਵਧੀਆ ਜੀ, ਤੁਸੀਂ ਕਿਦਾਂ? ਬਸ ਠੀਕ ਆ, ਹੋਰ ਸੁਣਾਓ ਕਿਵੇਂ ਹੋ? ਕੱਲ ਨੂੰ ਪਲਾਨ ਬਣਾਵਾਂਗੇ, ਕਾਲਿੰਗ ਵਿਦ ਰੂਪੀ ਗਿੱਲ। ਠੀਕ ਆ, ਆਪਾਂ ਮਿਲਦੇ ਆ। ਠੀਕ ਆ, ਠੀਕ ਆ। ਮੇਰੇ ਨਾਲ ਬੁਆ ਜੀ ਕਦ ਗੱਲ ਕਰਨੀ ਆ? ਕਦੋਂ ਕਦੋਂ? ਹੁਣ ਮੈਨੂੰ ਪੱਕਾ ਡੇਟ ਦੱਸੋ, ਤੁਸੀਂ ਹਰ ਵੜੀ ਕਹਿੰਦੇ ਹੋ। ਆਂਡਰੇ ਕਹਿੰਦੇ ਸਨ ਵੀ ਜੇ ਮੂੰਹ ਤੇ ਸਮਾਈਲ ਨਹੀਂ ਦੇਖੀ ਨਾ, ਉਦੋਂ ਵੀ ਮੈਂ ਜਦੋਂ ਸੰਪੇ ਨਹੀਂ ਹੱਥ ਲੈਣਾ, ਮੇਰਾ ਸਹੀ ਨਹੀਂ ਹੋਣਾ। ਤੋ ਅਬ ਹਮਾਰਾ ਪੀਜ਼ਾ ਆ ਗਿਆ ਹੈ, ਅਬ ਹਮ ਕਿਆ ਡਾਲਨੇ ਲਗੇ ਹੈਂ? ਚਿਲੀ ਫਲੇਕਸ। ਅਰੇ ਵਾਹ, ਜ਼ਿਆਦਾ ਜ਼ਿਆਦਾ ਮਤ ਡਾਲ ਦੇਣਾ, ਕਈ ਬਾਅਦ ਮੈਂ ਹਮੇ ਤੰਗ ਕਰੇ। ਹੈਲੋ ਗਾਇਸ, ਕੋ ਕੁਛ ਨਹੀਂ ਕਹਿਣਾ ਥਾ, ਕੁਛ ਨਹੀਂ ਕਹਿਣਾ ਥਾ। ਹੈਲੋ ਗਾਇਸ, ਹੈਲੋ ਗਾਇਸ, ਯੇ ਪੀਜ਼ੇ ਕੇ ਲਈ ਤਰਸ ਰਹੇ ਹੈ ਦੋ ਲੋਗ। ਵੈਲਕਮ ਬੈਕ, ਦੋ ਲੋਗ ਪੀਜ਼ੇ ਕੇ ਲਈ, ਮਹਿਰੀਨ ਵਲੌਗਸ, ਮਹਿਰੀਨ ਵਲੌਗਸ। ਹਾਂ, ਬਟ ਮੈਨੇ ਕਿਸੇ ਕੀ ਵਲੌਗ ਚੋਰੀ ਕੀ ਹੈ, ਸੋ ਸੌਰੀ। ਆਜ ਹਮ ਪੀਜ਼ਾ ਬਣਾ ਬਣਾ ਬਣਾਨੇ ਨਹੀਂ ਲਗੇ, ਬਣਿਆ ਬਣਾਏ ਲਾਏ ਹੈ, ਉਸ ਪਰ ਥੋੜੇ ਬਹੁਤ ਚੀਜ਼ਾਂ ਡਾਲੇਂਗੇ।